ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਦੇਖੋ, ਇਹ ਈਵਨਿੰਗ ਦਾ ਟਾਈਮ ਹੈ ਅਤੇ ਮੰਮੀ ਨੇ ਅੱਜ ਸਾਗ ਬਣਾਇਆ ਅਤੇ ਹੁਣ ਮੰਮੀ ਆਲਣ ਪਾਉਣ ਲੱਗੇ ਨੇ ਸਾਗ 'ਚ। ਅਤੇ ਉੱਧਰ ਆਪਾਂ ਦੁੱਧ ਗਰਮ ਧਰਤਾ ਪਤੀਲੀ 'ਚ, ਧਾਰਾਂ ਕੱਢ ਲਿਆਂਦੀਆਂ, ਦੁੱਧ 'ਚ ਆਪਣਾ ਦੁੱਧ ਲੈ ਗਿਆ। ਠੰਡ ਬਹੁਤ ਪੈਂਦੀ ਹੈ, ਸਵੇਰ ਦੀ ਧੁੰਦ ਨਹੀਂ ਉਤਰੀ, ਧੁੱਪ ਤਾਂ ਬਿਲਕੁਲ ਵੀ ਨਹੀਂ ਨਿਕਲਦੀ। ਇਹਦੇ ਨਾਲ ਨਾਲ ਜੇ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ। ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ। ਬਸ ਇੱਕ ਦੋ ਵਾਰ ਸਾਗ ਹੋਰ ਬਣ ਜੂਗਾ, ਕਿਉਂਕਿ ਬਸ ਸਾਗ ਵੀ ਭੱਜ ਚੱਲਿਆ ਹੁਣ ਤਾਂ। ਇਹ ਦੇਖੋ, ਇਹ ਈਵਨਿੰਗ ਦਾ ਟਾਈਮ ਹੈ ਅਤੇ ਡੈਡੀ ਟੋਕਾ ਕਰਨ ਲੱਗੇ ਨੇ। ਇੱਧਰ ਆਪਣੀਆਂ ਮੱਝਾਂ ਖੜੀਆਂ ਨੇ। ਸਾਡਾ ਸ਼ੈਤਾਨ ਸਟ੍ਰੋਬੇਰੀ ਕਿੱਥੇ ਬਣਿਆ ਖੜਾ ਇਹ ਦੇਖੋ, ਇਹਨੇ ਕਿੱਡੇ ਕਿੱਡੇ ਟੋਏ ਪੱਟਤੇ, ਦੇਖੋ ਏਡੇ ਏਡੇ ਟੋਏ ਪੱਟ ਕੇ ਫਿਰ ਇਹ ਵਿੱਚ ਬਹਿੰਦਾ। ਹਨਾ, ਤੁਸੀਂ ਗੰਦੇ ਮੰਮ ਕਰਦੇ ਹੋ ਹਨਾ ਸਟ੍ਰੋਬੇਰੀ। ਓਏ ਸਟ੍ਰੋਬੇਰੀ, ਦੇਖੋ ਇਹਦੇ ਕੰਮ ਕਰੇ ਹੋਏ ਸਟ੍ਰੋਬੇਰੀ ਦੇ। ਬਹੁਤ ਗੰਦੀ ਸਟ੍ਰੋਬੇਰੀ ਹੈ, ਤਾਂ ਬਹੁਤ ਗੰਦੀ ਸਟ੍ਰੋਬੇਰੀ ਹੈ, ਬਹੁਤ ਗੰਦੀ ਸਟ੍ਰੋਬੇਰੀ ਹੈ, ਬਹੁਤ ਬਹੁਤ। ਦੇਖ ਲਓ ਕੀ ਲੱਛਣ ਕਰ। ਓਏ ਲਓ,
ਇਹ ਵੇਖੋ ਧੁੰਦ ਫਿਰ ਪੈਣੀ ਸ਼ੁਰੂ ਹੋ ਗਈ, ਸਵੇਰ ਦੀ ਵੀ ਧੁੰਦ ਪੈ ਰਹੀ ਹੈ। ਇਹ ਦੇਖੋ ਹੁਣ ਮੰਮੀ ਮੱਕੀ ਦੀ ਰੋਟੀ ਬਣਾਉਣ ਲੱਗੇ ਨੇ, ਲਾਈਟ ਆ ਜਿਹੜੀ ਆਪਣੇ ਆਹ ਟਾਈਮ ਭੱਜ ਜਾਂਦੀ ਆ। ਚੁੱਲ੍ਹੇ ਦੀ ਮੱਕੀ ਦੀ ਰੋਟੀ ਬੜੀ ਟੇਸਟੀ ਲੱਗਦੀ ਹੈ। ਉੱਧਰ ਬਾਹਰੇ ਡੈਡੀ ਕੋਲ ਸ਼ਾਇਦ ਕੋਈ ਆਇਆ, ਸਟ੍ਰਾਬੇਰੀ ਭੌਂਕ ਰਿਹਾ। ਚਲੋ ਠੀਕ ਹੈ, ਹੁਣ ਆਪਣੇ ਲਾਈਟ ਨਹੀਂ ਹੈਗੀ, ਆਪਾਂ ਵੀਡੀਓ ਦਾ ਐਂਡ ਇੱਥੇ ਕਰ ਦਿੰਦੇ ਹਾਂ। ਮਿਲਦੇ ਹਾਂ ਫਿਰ ਕਿਸੇ ਨੈਕਸਟ ਵੀਡੀਓ ਦੇ ਨਾਲ। ਸਤਿ ਸ਼੍ਰੀ ਅਕਾਲ।